सब्सक्राइब करो निडर आवाज टीवी नू ते ताजा वीडियोस पाउन लई बेल दा बटन दबाओ। सरहदी कस्बा खेमकरन दे वसनीक दादा पोतरा दी कोरोना वायरस दी रिपोर्ट पॉजिटिव आउण ते सेहत विभाग वल्लों 11 साल दे बच्चे अते उसदे पिता गुरप्रीत सिंह वासी खेमकरन वार्ड नंबर 11 नू जदों एकांतवास करन लई सेहत विभाग दी टीम पुजी तां उस समय सेहत विभाग दे पुख्ता प्रबंधां दी पोल खुल गई जदों एकांतवास करन लई गुरप्रीत सिंह वासी वार्ड नंबर 11 खेमकरन नू सेहत विभाग दी गड्डी नंबर PB02B9947 विच बैठन तों इनकार कर दिता। इस मौके ते मौजूद पत्रकारां दी टीम ने जदों आई हुई सेहत विभाग दी गड्डी वेखी तां उह गंदगी नाल भरी हुई सी, जिस नूं वेख के इह लग रिहा सी कि जिवें इस गड्डी विच कदी सफाई ना ही होई होवे। गुरप्रीत सिंह वासी खेमकरन वार्ड नंबर 11 ने आख्या कि उह हुण तां ठीक है, पर जेकर उह इस गड्डी विच बैठ गया तां हो सकदा है कि उह बीमार हो जावे। गड्डी दी हालत वेख मौके ते मौजूद पुलिस भी बेबस नजर आई। गुरप्रीत सिंह वासी खेमकरन वार्ड नंबर 11 ने आख्या कि वह अपनी गड्डी ते तुहाडे नाल जाण वास्ते तैयार है। गुरप्रीत सिंह वल्लों इनकार कीते जाण तों बाद कर्मचारियों वल्लों इस दी जानकारी SHO खेमकरन नूं दित्ती गई तां मौके ते हाजिर सेहत विभाग दे कर्मचारियों नूं हत्थां पैरां दी पै गई। फिर गड्डी दे ड्राइवर वल्लों मौके ते ही गड्डी विच मांजा मारिया गया ते थोड़ी बाधी सफाई कीती गई। उधर सिविल हस्पताल खेमकरन दे एक कर्मचारी वल्लों मौके ते आके गड्डी नूं सैनेटाइज भी कीता गया। खेमकरन दे वसनीक तजिंदर कुमार गोरखा सोशल वर्कर ने आख्या कि प्रशासन दे सेहत विभाग की सब तो वड्डी नलायकी है, जदों ये संगत श्री हजूर साहिब तो चली सी तां उत्थे इन्हां दा टैस्ट होना चाहिदा सी, जेकर उत्थे टैस्ट नहीं होया तां सब तो पहलां इन्हां दे टैस्ट करवा के इन्हां नूं फिर भेजना चाहिदा सी। उन्हां पत्रकारां नाल गल्लबात करदिआं पंजाब सरकार पासों मंग कीती कि इहो जिहियां नलायकियां करन वाले सेहत विभाग खिलाफ बनदी कानूनी कार्रवाई कीती जावे। ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਜਿਹੜੀ ਆ ਗੱਡੀ ਨੂੰ ਲੈ ਕੇ? ਵੀਰ ਜੀ ਮੈਂ ਕਹਿਣਾ ਚਾਹੁੰਦਾ ਵੀ ਇਹ ਮੈਨੂੰ ਲੈਣ ਆਇਆ ਵੀ ਚੈੱਕ ਕਰਾਉਣ ਵਾਸਤੇ, ਠੀਕ ਆ ਵੀ ਇਹ ਗੱਡੀ ਲੈ ਕੇ ਆਏ ਆ, ਫਿਰ ਇਹ ਮੈਨੂੰ ਦੱਸਣ ਵੀ ਇਹ ਜਿਹੜੀ ਗੱਡੀ ਆ ਇੱਡੀ ਗੰਦੀ ਆ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕੋਈ ਇਹ ਦੱਸੇ ਤਾਂ ਸਹੀ ਵੀ ਇਹ ਇਹ ਇਸ ਗੱਲ ਦੀ ਗਰੰਟੀ ਚੁੱਕਦੇ ਆ ਵੀ ਇਹ ਸਹੀ ਆ ਗੱਡੀ, ਵੀ ਇਸ ਨਾਲ ਮੈਨੂੰ ਬਿਮਾਰੀ ਨਹੀਂ ਲੱਗੇਗੀ। ਸੈਨੀਟਾਈਜ਼ ਹੋਈ ਗੱਡੀ? ਮੈਨੂੰ ਸੈਨੀਟਾਈਜ਼ ਲਾ ਕੇ ਮੈਨੂੰ ਤਾਂ ਲੱਗਦਾ ਦੱਸ ਗੱਡੀ ਧੋਤੀ ਨਹੀਂ ਕਦੇ। ਇੱਧਰ ਆਓ ਜੀ, ਮੈਂ ਆਪਣੀ ਗੱਡੀ ਲੈ ਜਾਂਦਾ, ਜਿਹਨੇ ਮੇਰੇ ਨਾਲ ਬਹਿਣਾ ਪਹਿਲਾਂ ਮੈਂ ਗੱਡੀ 'ਚ ਨਹੀਂ ਬਹਿਣਾ। ਉਹ ਮੈਂ ਗੱਡੀ ਖੜੀ ਮੇਰੇ ਕੋਲ, ਮੈਂ ਲੈ ਜਾਂਦਾ। ਕਰੋ ਚੈੱਕ ਪਹਿਲਾਂ ਤੁਸੀਂ ਆਪ ਸਾਰੇ ਸਿਆਣੇ ਜੋ ਪੜ੍ਹੇ ਲਿਖੇ ਜੋ ਅਫਸਰ ਜੋ ਤੁਸੀਂ ਮੇਰੇ ਨਾਲ ਜ਼ਿਆਦਾ ਪੜ੍ਹੇ ਜੋ, ਮੈਂ ਤਾਂ ਦੋ ਚਾਰ ਹੀ ਪੜ੍ਹਿਆ। ਤੁਹਾਡੇ ਵੀ ਸ਼ਾਇਦ ਘਰੇ ਬੱਚੇ ਹੋਣਗੇ, ਸਭ ਤੋਂ ਪਹਿਲੀ ਗੱਲ ਤਾਂ ਜੀ ਪ੍ਰਸ਼ਾਸਨ ਦੀ, ਖਾਸ ਤੌਰ 'ਤੇ ਹੈਲਥ ਡਿਪਾਰਟਮੈਂਟ ਦੀ ਬਹੁਤ ਵੱਡੀ ਨਲੈਕੀ ਇਸ ਗੱਲ ਦੇ ਵਿੱਚ ਆ ਕਿ ਜਦੋਂ ਇਹ ਹਜ਼ੂਰ ਸਾਹਿਬ ਤੋਂ ਚੱਲੇ ਨੇ, ਪਹਿਲੀ ਗੱਲ ਤਾਂ ਉੱਥੇ ਇਹਨਾਂ ਟੈਸਟ ਹੋਣਾ ਚਾਹੀਦਾ ਸੀਗਾ। ਜੇ ਉੱਥੇ ਟੈਸਟ ਨਹੀਂ ਹੋਇਆ ਸਿੱਧਾ ਹੈਲਥ ਡਿਪਾਰਟਮੈਂਟ, ਇੱਥੇ ਇਹਨਾਂ ਟੈਸਟ ਹੋਣੇ ਚਾਹੀਦੇ ਸੀਗੇ ਕਿ ਆਪਣੇ ਆ ਕੇ ਪਰਿਵਾਰ ਦੇ ਵਿੱਚ ਨਾ ਬੈਠਦੇ। ਜਿਹੜੇ ਇਸ ਵੀਰ ਨੂੰ ਲੈ ਕੇ ਚੱਲੇ ਆ, ਇਹ ਜਿਹੜੀ ਗੱਡੀ ਆ ਇਹ ਨਾ ਬੈਠਣ ਦੇ ਕਾਬਲ, ਉਹ ਆਪਣੀ ਪਰਸਨਲ ਗੱਡੀ 'ਤੇ ਵੀ ਇਹਨਾਂ ਨਾਲ ਜਾਣ ਵਾਸਤੇ ਹੈਲਪ ਕਰ ਰਹੇ ਨੇ, ਤਿਆਰ ਨੇ, ਸਿਰਫ ਸ਼ੱਕ ਦੇ ਆਧਾਰ 'ਤੇ ਇਹਨਾਂ ਲੈ ਕੇ ਜਾ ਰਹੇ ਨੇ, ਨਾ ਕਿ ਇਹ ਕੋਈ ਇਹਨਾਂ ਨੂੰ ਕੋਈ ਟੈਸਟ ਨਹੀਂ ਹੋਇਆ, ਕੋਈ ਪੋਜ਼ਿਟਿਵ ਨਹੀਂ ਪਾਏ ਗਏ, ਕੋਈ ਇੱਦਾਂ ਦੀ ਗੱਲ ਇਹਨਾਂ ਵਿੱਚ ਨਜ਼ਰ ਨਹੀਂ ਆਈ। ਕਿ ਹੈਲਥ ਡਿਪਾਰਟਮੈਂਟ ਨੇ ਬਾਰੇ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿ ਪਹਿਲਾਂ ਹਜ਼ੂਰ ਸਾਹਿਬ ਜਦੋਂ ਆਏ ਸੀਗੇ ਉਦੋਂ ਇਹਨਾਂ ਦੇ ਟੈਸਟ ਹੋਣੇ ਲਾਜ਼ਮੀ ਸੀਗੇ। ਗੱਡੀ 'ਤੇ ਕਿਉਂ ਨਹੀਂ ਜਾਣਾ ਚਾਹੁੰਦੇ? ਗੱਡੀ ਦੀ ਹਾਲਤ ਵੇਖੋ ਤੁਸੀਂ, ਗੱਡੀ ਐਟ ਦੀ ਸਪੋਟ ਤਾਂ ਗੱਡੀ ਨੂੰ ਝਾੜੂ ਮਾਰਿਆ ਗਿਆ ਤੁਹਾਡੇ ਸਾਹਮਣੇ, ਗੱਡੀ ਨੂੰ ਸਾਫ਼ ਕੀਤਾ ਗਿਆ, ਗੱਡੀ ਪਤਾ ਨਹੀਂ ਇਹ ਕਿਸ ਕੰਮ ਵਾਸਤੇ ਰੱਖੀ ਗਈ ਸੀ ਅਤੇ ਜਿਹੜੇ ਅੱਜ ਕਿਸ ਕੰਮ ਵਾਸਤੇ ਵਰਤਦੇ ਪਏ ਨੇ ਤੁਹਾਡੇ ਸਾਹਮਣੇ। ਵਿੱਚ ਜਿਹੜੇ ਦੋ ਪੋਜ਼ਿਟਿਵ ਨਿਕਲੇ ਗਿਆ ਅਤੇ ਉਸ ਤੋਂ ਬਾਅਦ ਹੁਣ ਉਹਦੇ ਫਾਦਰ ਸਾਹਿਬ ਨੂੰ ਲੈ ਕੇ ਜਾਇਆ ਜਾ ਰਿਹਾ ਸੀਗਾ, ਲੇਕਿਨ ਸਰ ਐਂਬੂਲੈਂਸ ਦੀ ਹਾਲਤ ਤਾਂ ਐਡੀ ਖਰਾਬ ਸੀਗੀ, ਇਹਨਾਂ ਬਾਰੇ ਸਰ ਕੀ ਕਹਿਣਾ ਜੀ? ਉਹਦੀ ਬੇਸਿਕਲੀ ਉਹਨਾਂ ਨੂੰ ਇਹ ਸੀਗਾ ਕਿ ਜੀ ਇਹ ਸੈਨੀਟਾਈਜ਼ ਨਹੀਂ ਹੈਗੀ, ਉਹ ਪੰਪ ਭੇਜਤਾ ਤਾਂ ਉਹਨੂੰ ਸੈਨੀਟਾਈਜ਼ ਕਰਾ ਰਿਹਾ ਮੈਂ, ਅਤੇ ਉਹ ਬੰਦੇ ਦੀ ਆਦਤ ਹੈਗੀ ਹੈ ਇਹ ਕਦੇ, ਜਿੱਦਣ ਰਾਤ ਅਸੀਂ ਲੈ ਕੇ ਜਾ ਰਹੇ ਸੀਗੇ ਉਦਣ ਵੀ ਉਹ ਸਾਡੀ ਗੱਡੀ 'ਚ ਨਹੀਂ ਗਿਆ,
ਆਪਣੀ ਬੁਲੈਰੋ ਲੈ ਕੇ ਗਿਆ ਨਹੀਂ ਸਰ ਸੈਨੇਟਾਈਜ਼ ਦੀ ਵੱਖਰਾ ਹੈ ਮੌਕੇ ਤੇ ਸਫਾਈ ਕੀਤੀ ਗਈ ਹੈ ਬੁੱਕਰ ਮਾਰੀ ਗਿਆ ਪਿੱਪਲਾਂ ਦੇ ਪੱਤੇ ਕੱਢੇ ਗਏ ਗੱਡੀ ਜਿਵੇਂ ਸਫਾਈ ਹੋਈ ਨਹੀਂ ਕਰੀ ਗੱਡੀ ਦੀ ਸਰ ਛੋਟੇ ਵੀਰ ਮੇਰੇ ਕੋਲ ਡਰਾਈਵਰ ਹੀ ਨਹੀਂ ਹੈ ਗੱਡੀ ਚੱਲ ਰਹੀ ਹੈ ਇਹ ਮੈਂ ਚਲਾ ਰਿਹਾ ਮੈਨੂੰ ਪਤਾ ਕਿੱਦਾਂ ਚਲਾ ਰਿਹਾ ਸਰਕਾਰ ਨੇ ਗੱਡੀ ਦਿੱਤੀ ਹੈ ਡਰਾਈਵਰ ਨਹੀਂ ਦਿੱਤਾ ਸਰ ਪਰਸ਼ਾਏ ਜਿਹੜੇ ਸਰਕਾਰ ਵੱਲੋਂ ਤੁਹਾਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਕਿਸ ਚੀਜ਼ ਦੀ ਇਹ ਜਿਹੜੇ ਗੱਡੀ ਨੂੰ ਸੈਨੇਟਾਈਜ਼ ਕਰਨਾ ਗੱਡੀ ਨੂੰ ਸਾਫ਼ ਕਰਾਇਆ ਸਰ ਉਹ ਤਾਂ ਹੋਇਆ ਤਾਂ ਇਹ ਜਿਹੜਾ ਤੁਸੀਂ ਜਿਹੜੇ ਕੁਐਸਚਨ ਇਹ ਹੈ ਕਿ ਅੱਗੇ ਕੀ ਕਰਨਾ ਅਗਰ ਦੋ ਪੋਜ਼ਿਟਿਵ ਆਏ ਨੇ ਸਾਡੇ ਕੋਲ ਪੋਜ਼ਿਟਿਵ ਆਏ ਨੇ ਤਾਂ ਉਹ ਤੇ 13 ਵਾਰਡ ਨੇ 13 ਵਾਰਡ 'ਚ 5 ਸੈਕਟਰ ਬਣਾਤੇ ਨੇ ਉਹ 'ਚ ਵੰਡਤਾ ਹੁਣ ਮੇਰੀ ਟੀਮਾਂ ਚਲੀ ਗਈਆਂ ਉਹ ਸਰਵੇ ਕਰਨਗੀਆਂ ਜਾ ਕੇ ਅੰਦਰ ਸਾਰਾ ਉਹਨਾਂ ਦੇ ਜਿਹੜੇ ਪ੍ਰਾਇਮਰੀ ਕੰਟੈਕਟਸ ਨੇ ਉਹ ਟਰੇਸ ਹੋਣਗੇ ਉਹ ਕਿਹਨੂੰ ਕਿਹਨੂੰ ਮਿਲੇ ਨੇ ਉਹ ਸੈਕੰਡਰੀ ਕੰਟੈਕਟਸ ਨੇ ਉਹ ਟਰੇਸ ਹੋਣਗੇ ਉਹਨਾਂ 'ਚ ਇਹ ਰੋਜ਼ ਜਾ ਕੇ ਇਹ ਦੇਖਣਗੇ ਕਿ ਕਿਸੇ 'ਚ ਕੋਈ ਸ਼ੱਕੀ ਸਿਮਟਮਸ ਤਾਂ ਨਹੀਂ ਡਿਵਲਪ ਹੁੰਦੇ ਤਾਂ ਜਦ ਸਿਮਟਮਸ ਅਗਰ ਕੋਈ ਡਿਵਲਪ ਹੋਣਗੇ ਤਾਂ ਉਹਨਾਂ ਨੂੰ ਉਸੇ ਵੇਲੇ ਭੇਜ ਕੇ ਟੈਸਟ ਕਰਾਇਆ ਜਾਏ ਸਰ ਇਹ ਕਿੰਨੀ ਕਿੰਨੀ ਉਮਰ ਦੇ ਵਿਅਕਤੀ ਨੇ ਅਤੇ ਕੀ ਨਾਂ ਹੈ ਇਹਨਾਂ ਦੇ ਇੱਕ ਦਾ ਨਾਂ ਹੈ ਜੀ ਨਰਿੰਦਰ ਸਿੰਘ ਸਨ ਆਫ ਗੁਰਪ੍ਰਤਾਪ ਸਿੰਘ ਗੁਰਪ੍ਰੀਤ ਸਿੰਘ 60 ਸਾਲ ਦੇ ਨੇ ਬਜ਼ੁਰਗ ਨੇ ਇੱਕ ਬੱਚਾ ਹੈ ਮਨਜੋਤ ਸਿੰਘ 11 ਸਾਲ ਦਾ ਹੈ ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ